जगदंबे धाम देवी तला मंदिर दे विच मौजूद हाँ, जिथे चोरी की असफल कोशिश हुई थी उत्थे अज मैडम एस एच ओ पहुंचे ने मौके का जायजा लैन लई। धाम जिथे चोरी की कल असफल कोशिश हुई सी उत्थे मैडम एस एच ओ पहुंचे ने मौके का जायजा लैन दे लई। मैडम एक चोरी की असफल कोशिश हुई सी, इत्थे असफल कोशिश हुई की कहना चाहोगे? सर ये जिहड़े भी बंदियां ने ये काम किया आ असीं जल्द तो जल्द उन्होंने लभण की कोशिश करांगे ते मैं मंदिर वालियां नूं विश्वास दवाउणी आ कि वह बंदा जल्द तो जल्द तुहाडे सामने होएगा ते दुबारा इदां दी जिहड़ी हरकत है दुबारा इस मंदिर च नहीं होण दित्ती जाऊगी। चोरी दे तां आम घटनावां सी, इह मंदिरां दे विच वी इस तरह होण लग पवे ते इक महामई दा तरशूल ला के उहदे नाल गल्लां तोड़ना आस्था नूं बहुत भारी ठेस। सर ये साडे समाज लई बड़ी शर्मनाक गल है कि ये सारे जिहड़े हैगे ड्रगी जिहड़े लोक हैगे उह ये काम करदे आ। मैं तुहानूं विश्वास दवाउणी आ कि मैं जल्द तो जल्द अपना जिहड़ा सख्त तो सख्त कार्रवाई करके इहनां नूं इहनां एवें दीआं घटनावां नूं रोकण की कोशिश करूंगी। की मैसेज है जी नकोदर वासियां? नकोदर वासियां लई ये मैसेज है कि जे तुहानूं कोई भी ਤੁਹਾਡੇ ਨਾਲ ਮਿਸ ਹੈਪਨਿੰਗ ਹੁੰਦੀ ਹੈ ਪਲੀਜ਼ ਉਹਨੂੰ ਛੁਪਾਓ ਨਾ। ਜੇ ਤੁਹਾਨੂੰ ਕੋਈ ਰਾਤ ਨੂੰ ਬੰਦਾ ਕੋਈ ਵੀ ਆਈਡੈਂਟੀਫਾਈ ਹੁੰਦਾ ਦੈਨ ਪੁਲਿਸ ਨੂੰ ਉਸੇ ਵੇਲੇ ਇਨਫੋਰਮ ਕਰੋ ਦੈਨ ਅਸੀਂ ਉਸੇ ਵੇਲੇ ਤੁਹਾਡੇ ਕੋਲ ਪੁਲਿਸ ਪਹੁੰਚ ਕੇ ਉਸ ਬੰਦੇ ਨੂੰ ਕਾਬੂ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਨਗਰ ਕੌਂਸਲ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ। ਹਾਂਜੀ ਸਰ, ਇੱਕ ਸਫਲ ਕੋਸ਼ਿਸ਼ ਹੋਈ ਸੀ ਕੱਲ੍ਹ ਇੱਥੇ ਚੋਰੀ ਦੀ। ਟਿੰਗਰ ਸਾਹਿਬ, ਬੜੀ ਮੰਦਭਾਗੀ ਘਟਨਾ ਹੈ ਅਤੇ ਅੱਜ ਮੌਕੇ 'ਤੇ ਸਾਡੇ ਸ਼ਹਿਰ ਨਕੋਦਰ ਦੇ ਜਿਹੜੇ ਐਸ ਐਚ ਓ ਸਾਫ ਹੈਗੇ ਆ ਉਹ ਵੀ ਆਏ, ਉਹਨਾਂ ਨੇ ਵੀ ਸਾਰੀ ਵੈਰੀਫਾਈ ਕੀਤਾ ਆ ਔਰ ਜਿਹੜੇ ਸੀ ਸੀ ਟੀ ਵੀ ਦੇ ਵਿੱਚੋਂ ਵੀ ਜੋ ਵੀ ਇਹਨਾਂ ਨੂੰ ਮਿਲਿਆ ਕਲੂ ਮਿਲੇ ਹੈਗੇ ਸਾਰਾ ਇਹਨਾਂ ਨੇ ਲੈ ਲਿਆ ਆਪਣੇ ਕੋਲ ਅਤੇ ਅਸੀਂ ਵੀ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਜਲਦ ਤੋਂ ਜਲਦ ਜਿਹੜੇ ਇਹ ਚੋਰ ਹੈਗੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਅੱਜ ਦੱਸ ਰਹੇ ਸੀ ਕਿ ਥਰਡ ਅਟੈਂਪਟ ਆ ਜੀ ਇੱਥੇ, ਤੀਸਰੀ ਵਾਰੀ ਇੱਥੇ ਆਏ ਨੇ ਚੋਰ ਅਤੇ ਬੜੀ ਮੰਦਭਾਗੀ ਹੈ ਘਟਨਾ ਕਿਉਂਕਿ ਪ੍ਰਭੂ ਦਾ ਘਰ ਆ, ਸਾਰਿਆਂ ਦੀ ਆਸਥਾ ਇਹਦੇ ਨਾਲ ਜੁੜੀ ਆ ਅਤੇ ਮੈਂ ਇਹੀ ਤੁਹਾਡੇ ਚੈਨਲ ਰਾਹੀਂ ਮਾਧਿਅਮ ਰਾਹੀਂ ਇਹੀ ਬੇਨਤੀ ਇਹਨਾਂ ਨੂੰ ਕਰੂੰਗਾ ਕਿ ਜਲਦ ਤੋਂ ਜਲਦ ਉਹ ਜਿਹੜੇ ਚੋਰ ਹੈ ਫੜੇ ਜਾਣ ਅਤੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ। ਕੁਛ ਨਗਰ ਕੌਂਸਲ ਵੱਲੋਂ ਜਾਂ ਹੋਰ ਪ੍ਰਸ਼ਾਸਨ ਵੱਲੋਂ ਕੋਈ ਸਕਿਉਰਟੀ ਦੀ ਲੋੜ ਇੱਥੇ ਹੈਗੀ ਹੈ? ਅਸੀਂ ਹਰ ਵੇਲੇ ਤਿਆਰ ਹਾਂ ਜੀ। ਨਗਰ ਕੌਂਸਲ ਨਕੋਦਰ ਜੋ ਹਰ ਵੇਲੇ ਹਰ ਸ਼ਹਿਰੀ ਔਰ ਹਰ ਸੰਸਥਾ ਦੇ ਪ੍ਰਤੀ ਇਮਾਨਦਾਰ ਹੈ ਔਰ ਹਰ ਸੰਸਥਾ ਦੇ ਪ੍ਰਤੀ ਔਰ ਹਰ ਸ਼ਹਿਰੀ ਦੇ ਪ੍ਰਤੀ ਜੋ ਵੀ ਸਾਡਾ ਫਰਜ਼ ਬਣਦਾ ਔਰ ਜੋ ਵੀ ਸਾਨੂੰ ਲੋਕ ਸਾਡੇ ਤੋਂ ਉਮੀਦ ਕਰਦੇ ਨੇ ਉਹ ਸਾਰਾ ਅਸੀਂ ਜ਼ਰੂਰ ਤੁਹਾਨੂੰ ਮੁਹੱਈਆ ਕਰਾਵਾਂਗੇ ਜੀ। ਕੁਛ ਕਹਿਣਾ ਚਾਹੁੰਦੇ? ਹਾਂਜੀ ਹਾਂਜੀ ਹਾਂ, ਨਾਂ ਕੀ? ਮੈਂ ਇੱਕ ਬਲਦੇਵ ਰਾਜ ਗੁਪਤਾ ਜੀ। ਇਹ ਘਟਨਾ ਵਾਪਰੀ 1:56 ਦੇ ਆਸ ਪਾਸ ਜੀ। ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਇਸ ਚੀਜ਼ ਦੀ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹਦੇ ਜਿੱਥੇ ਵੀ ਕੈਮਰੇ ਹੈਗੇ ਆ ਰੋਡਸ ਦੇ ਉੱਤੇ ਆਪੋ ਆਪਣੇ ਕੈਮਰਿਆਂ 'ਚ 1:56 ਘੰਟਾ ਅੱਗੇ ਘੰਟਾ ਪਿੱਛੇ ਦੇ ਸਾਰੇ ਆਪੋ ਆਪਣੇ ਕੈਮਰੇ ਦੇਖਣ। ਸ਼ਹਿਰ 'ਚ ਜੇ ਕਿਸੇ ਨੂੰ ਵੀ ਕੋਈ ਕਿਊਜ਼ ਮਿਲਦਾ ਤਾਂ ਉਹ ਜਗਦੰਬੇ ਧਾਮ ਕਮੇਟੀ ਨਾਲ ਸੰਪਰਕ ਕਰੇ, ਪ੍ਰਸ਼ਾਸਨ ਨਾਲ ਸੰਪਰਕ ਕਰੇ। ਕਿਹੜੀ ਲੋਕੇਸ਼ਨ ਚੈੱਕ ਕਰਨਾ ਚਾਹੁੰਦੇ? ਕਿਹੜੀ ਕਿਹੜੀ? ਸਾਡੇ ਸਾਰੇ ਸ਼ਹਿਰ ਵਾਸੀਆਂ ਦੇ ਫਰਜ਼ ਬਣਦਾ ਕਿਸੇ ਵੀ ਗਲੀ ਕਿਸੇ ਵੀ ਰੋਡ ਕਿਸੇ ਵੀ ਚੁਰਾਹੇ 'ਤੇ 1:56 ਬੋਬੀ ਮਿਸਰਾ ਜੀ ਕੀ ਹੈ ਜੀ ਤੁਹਾਡਾ ਉੱਥੇ ਚਾਰਜ? ਕੈਸ਼ੀਅਰ ਹੈ ਜੀ ਮੈਂ ਜਗਦੰਬੇ ਧਾਮ ਦਾ ਜੀ। ਕੱਲ੍ਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਸੀ ਜੀ। ਅਸਫਲ ਕੋਸ਼ਿਸ਼ ਹੋਈ ਮਹਾਮਾਈ ਦੇ ਦਰਬਾਰ ਵਿੱਚ ਚੋਰੀ ਦੀ, ਜਿਹਦੇ ਵਿੱਚ ਅਸੀਂ ਸ਼ਿਕਾਇਤ ਵੀ ਕੀਤੀ ਔਰ ਮੈਡਮ ਐਸ ਐਚ ਓ ਮੈਮ ਅੱਜ ਮੌਕਾ ਦੇਖਣ ਵੀ ਆਏ ਆ ਔਰ ਸਾਡੀ ਅਪੀਲ ਹੈ ਔਰ ਬੇਨਤੀ ਹੈ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਵੀ ਜਿਹੜੇ ਵੀ ਇਹ ਅਨਸਰ ਹੈ ਸ਼ਰਾਰਤੀ ਤੱਤਵ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਜੈ ਮਾਤਾ ਦੀ। ਬੰਦੀ ਕਾਰਵਾਈ ਕਹਿੰਦੇ ਕੀਤੀ ਜਾਵੇ। ਕੱਲ੍ਹ ਦੱਸ ਦੇਵਾਂ ਜਗਦੰਬੇ ਧਾਮ ਦੇਵੀ ਤਲਾ ਮੰਦਿਰ ਸਬਜ਼ੀ ਮੰਡੀ ਦੇ ਕੋਲ ਜਿਹੜਾ ਜਗਦੰਬੇ ਧਾਮ ਆ, ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ, ਉੱਥੇ ਇੱਕ ਚੋਰੀ ਦੀ ਅਸਫਲ ਕੋਸ਼ਿਸ਼ ਹੋਈ ਸੀ ਜਿੱਥੇ ਅੱਜ ਮੈਡਮ ਐਸ ਐਚ ਓ ਮੌਕਾ ਦੇਖਣ ਦੇ ਲਈ ਪਹੁੰਚੇ ਨੇ ਅਤੇ ਆਸ਼ਵਾਸਨ ਦਿੱਤਾ ਸ਼ਹਿਰ ਵਾਲਿਆਂ ਨੂੰ ਕਿ ਜਲਦੀ ਤੋਂ ਜਲਦੀ ਜਿਹੜਾ ਵੀ ਮੁਜਰਮ ਆ ਉਹਨੂੰ ਫੜ ਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇਗਾ। ਕੈਮਰਾ ਪਰਸਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ, ਏਕਤਾ ਲਹਿਰ, ਨਿਊਜ਼ ਨਕੋਦਰ।